ਕਾਫੀ ਇਹਨਾਂ ਦੀ ਪਲੈਨਿੰਗ ਸੀ ਫਰਦਰ, ਜਿਹੜੇ ਹੋਰ ਵੀ ਕੁਛ ਜਿਹੜੇ ਇਹਨਾਂ ਨੇ ਟਾਰਗੇਟਸ ਇਹਨਾਂ ਨੂੰ ਦਿੱਤੇ ਸੀ ਐਜ਼ ਨਿੱਕੂ ਰਾਣਾ ਪੁਰਾਣਾ ਮੁਲਜ਼ਮ ਆ, ਪਹਿਲਾਂ ਵੀ ਅਰੈਸਟ ਹੋਇਆ ਗੋਲਡੀ ਬ੍ਰਾਂਡ ਨਾਲ ਡਾਇਰੈਕਟ ਲਿੰਕ 'ਚ ਆ, ਨਿੱਕੂ ਰਾਣੇ ਨਾਲ ਜਿਹੜਾ ਇਹ ਸਾਰਾ ਤਾਣਾ ਬਾਣਾ ਬੁਣ ਕੇ ਇਹ ਦੁਬਾਰਾ ਇੱਕ ਇੱਥੇ ਫਾਇਰਿੰਗ ਕਰਾਈ ਆਪਦਾ ਐਕਸਟੋਰਸ਼ਨ ਰੈਕਟ ਚਲਾਉਣ ਲਈ। ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਵਿੱਚ ਪਿਛੇ 19 ਸਪਟੈਂਬਰ ਨੂੰ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਫਾਇਰਿੰਗ ਕੀਤੀ ਗਈ ਸੀ ਅਤੇ ਫਿਰੌਤੀ ਦੀ ਵੀ ਜਿਹੜੀ ਮੰਗ ਕੀਤੀ ਗਈ ਸੀ, ਹਾਲਾਂਕਿ ਉਹਦੇ ਵਿੱਚ 3 ਜਿਹੜੇ ਕਾਬੂ ਕੀਤੇ ਗਏ ਸੀ ਬਦਮਾਸ਼, ਲੇਕਿਨ ਹੁਣ ਇਨਵੈਸਟੀਗੇਸ਼ਨ ਕਰਦੇ ਹੋਏ ਹੋਰ ਵੀ ਚੀਜ਼ਾਂ ਡਿਵੈਲਪ ਹੋਈਆਂ। ਇਹਦੇ ਵਿੱਚ 2 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਸਿੱਧਾ ਰਿਲੇਸ਼ਨ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਦੇ ਨਾਲ ਆ ਰਿਹਾ। ਨਿੱਕੂ ਰਾਣਾ ਅਤੇ ਗੁਰਕੀਰਤ ਸਿੰਘ ਬੇਦੀ, ਇਹਨਾਂ ਕੋਲੋਂ ਇਲੀਗਲ ਵੈਪਨਸ ਵੀ ਰਿਕਵਰ ਕੀਤੇ ਗਏ ਨੇ ਅਤੇ ਪੁੱਛਗਿੱਛ 'ਚ ਕਈ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਅੱਗੇ ਇਹਨਾਂ ਨੇ ਟਾਰਗੇਟ ਕਰਨਾ ਸੀ ਆਪਣੀ ਰਾਈਵਲ ਜਿਹੜੀ ਗੈਂਗ ਹੈ ਜਾਂ ਫਿਰ ਹੋਰ ਵੀ ਟਾਰਗੇਟ ਸੀਗਾ ਜਿਸ ਨੂੰ ਲੈ ਕੇ ਹੁਣ ਪੁੱਛਗਿੱਛ ਕੀਤੀ ਜਾ ਰਹੀ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਵਿਕਰਮਜੀਤ ਸਿੰਘ ਬਰਾੜ ਨੇ, ਉਹਨਾਂ ਦੀ ਟੀਮ ਪੂਰੀ ਹੈ। ਬਰਾੜ ਸਾਹਿਬ, ਕਿਉਂਕਿ ਪਿਛਲੇ ਦਿਨਾਂ ਜਿਹੜੀ ਵੀ ਇਮੀਗ੍ਰੇਸ਼ਨ ਦਫ਼ਤਰ 'ਤੇ ਫਾਇਰਿੰਗ ਹੋਈ ਸੀ ਉਹਦੇ ਵਿੱਚ ਹੁਣ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਹੋ ਰਹੇ ਨੇ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਨਿਕਲਕਰ ਸਾਹਮਣੇ ਆਇਆ? ਇਹ 19 ਸਪਟੈਂਬਰ ਨੂੰ ਜਿਹੜੀ ਫਾਇਰਿੰਗ ਹੋਈ ਸੀ ਉਹਦੇ 'ਚ ਡਿਸਟ੍ਰਿਕਟ ਪੁਲਿਸ ਮੋਹਾਲੀ ਨੇ ਵਿਦਨ 24 ਆਵਰਸ ਜਿਹੜੇ 3 ਦੋਸ਼ੀ ਅਰੈਸਟ ਕਰ ਲਏ ਸੀ, ਪਰ ਉਹਨਾਂ ਨੂੰ ਜਿਹੜਾ ਥੋਰੋਲੀ ਇੰਟੈਰੋਗੇਟ ਕੀਤਾ ਗਿਆ ਅਤੇ ਉਹਨਾਂ ਦੀਆਂ ਰਿਵੀਲੇਸ਼ਨ ਸੀ ਜਿਹੜੀਆਂ ਉਹਦੇ 'ਚ ਅੱਗੇ ਫਰਦਰ ਇਹ ਨਿੱਕੂ ਰਾਣਾ ਅਤੇ ਦੂਸਰਾ ਲੜਕੇ ਦੋਨੇ ਅਰੈਸਟ ਕੀਤੇ ਨੇ ਜਿਨ੍ਹਾਂ 'ਚੋਂ 2 ਵੈਪਨ ਮਿਲੇ ਨੇ ਅਤੇ ਕਾਫੀ ਇਹਨਾਂ ਦੀ ਪਲੈਨਿੰਗ ਸੀ ਫਰਦਰ, ਜਿਹੜੇ ਹੋਰ ਵੀ ਕੁਛ ਜਿਹੜੇ ਇਹਨਾਂ ਨੇ ਟਾਰਗੇਟਸ ਇਹਨਾਂ ਨੂੰ ਦਿੱਤੇ ਸੀ ਐਜ਼ ਨਿੱਕੂ ਰਾਣਾ ਪੁਰਾਣਾ ਮੁਲਜ਼ਮ ਆ, ਪਹਿਲਾਂ ਵੀ ਅਰੈਸਟ ਹੋਇਆ ਗੋਲਡੀ ਬ੍ਰਾਂਡ ਨਾਲ ਡਾਇਰੈਕਟ ਲਿੰਕ 'ਚ ਆ, ਤਾਂ ਇਹਦੇ 'ਚੋਂ ਸਾਨੂੰ ਕਾਫੀ ਇੰਪੋਰਟੈਂਟ ਡਿਸਕਲੋਜਰ ਹੁਣ ਇੰਟੈਰੋਗੇਸ਼ਨ 'ਚ ਆਉਣਗੇ, ਫਿਰ ਅੱਗੇ ਅਸੀਂ ਫਰਦਰ ਉਹ 'ਤੇ ਕੰਮ। ਸਰ, ਕਿਉਂਕਿ ਜਿਹੜਾ ਲੈਟਰ ਦਿੱਤਾ ਸੀਗਾ ਉਹਦੇ 'ਚ ਮਨਜੀਤ ਗੁਰੀ ਦਾ ਨਾਂ ਸਾਹਮਣੇ ਸੀ, ਇਹ ਪੂਰੀ ਕਿਸ ਤਰ੍ਹਾਂ ਦੀ ਪਲੈਨਿੰਗ ਹੋਈ, ਇਹਦਾ ਰੋਲ ਕੀ ਸੀਗਾ ਮਨਜੀਤ? ਮਨਜੀਤ ਗੁਰੀ ਜੀ ਨਵੰਬਰ 2023 'ਚ ਪੁਲਿਸ ਸੈਕਸ਼ਨ ਹੋਇਆ ਸੀ ਬਰੀਫ, ਇੱਕ ਉਹਦੇ 'ਚ ਇੰਜਰਡ ਹੋਇਆ ਸੀ ਇਨ ਜ਼ੀਰਕਪੁਰ ਜਦੋਂ ਉਹ ਕਿਸੇ ਨੂੰ ਟਾਰਗੇਟ ਕਰਨ ਆਇਆ ਸੀ ਬਿਲਡਰ ਨੂੰ ਜੀ। ਉਹ ਵੀ ਉਹਦੇ 'ਚ ਵੀ ਨਿੱਕੂ ਰਾਣਾ ਫਿਗਰ ਹੋਇਆ ਸੀ ਵੀ ਵੈਪਨ ਸਾਰੇ ਨਿੱਕੂ ਰਾਣੇ ਨੇ ਥਰੂ ਗੋਲਡੀ ਬਰਾੜ ਦਿੱਤੇ ਨੇ, ਤਾਂ ਕਰਕੇ ਉਦੋਂ ਤੋਂ ਹੀ ਨਿੱਕੂ ਰਾਣਾ ਮਿਸਿੰਗ ਸੀ, ਹੀ ਵਾਜ਼ ਅਬਸਕੌਂਡਿੰਗ ਸਿੰਸ ਦੈਟ। ਉਦੋਂ ਬਾਅਦ ਫਿਰ ਮਨਜੀਤ ਗੁਰੀ ਜੇਲ੍ਹ ਚਲਾ ਗਿਆ, ਉਦੋਂ ਬਾਅਦ ਉਹਦੇ ਕੇਸ NIA ਨੇ ਕਰਿਆ, ਤਿਹਾੜ ਜੇਲ੍ਹ ਸ਼ਿਫਟ ਹੋ ਗਿਆ। ਉੱਥੋਂ ਬੈਠ ਕੇ ਉਹਨੇ ਫਿਰ ਨਿੱਕੂ ਰਾਣੇ ਨਾਲ ਜਿਹੜਾ ਇਹ ਸਾਰਾ ਤਾਣਾ ਬਾਣਾ ਬੁਣ ਕੇ ਇਹ ਦੁਬਾਰਾ ਇੱਕ ਇੱਥੇ ਫਾਇਰਿੰਗ ਕਰਾਈ ਆਪਦਾ ਐਕਸਟੋਰਸ਼ਨ ਰੈਕਟ ਚਲਾਉਣ ਲਈ। ਓਕੇ ਸਰ, ਇਹਦੇ ਵਿੱਚ ਅਹਿਮ ਇਹ ਪੁਆਇੰਟ ਹੈ ਕਿ ਇਹ ਵੈਪਨਸ ਕਿੱਥੋਂ ਲੈ ਕੇ ਆਉਂਦੇ ਨੇ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਉਸ ਟਾਈਮ ਵੀ ਜਿਹੜਾ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ, ਹੁਣ ਵੀ ਇਸ ਵਾਰ ਵੀ ਇਹਨਾਂ ਨੇ ਜਿਹੜਾ ਲੋਜਿਸਟਿਕ ਚੀਜ਼ਾਂ ਇਹ ਵੈਪਨਸ ਜਿਹੜੇ ਰਿਕਵਰ ਕੀਤੇ ਇਹਨਾਂ ਕੋਲੋਂ ਵੀ ਵੈਪਨਸ ਜਿਹੜੇ ਆ ਰਿਕਵਰ ਹੋਏ, ਇਹ ਪੂਰਾ ਨੈਕਸਸ ਕਿੱਥੋਂ ਚੱਲ ਰਿਹਾ ਜਿਹੜਾ ਵੈਪਨ ਦਾ? ਇਹ ਵੈਪਨਸ ਜੀ ਇਹ ਜਿਹੜੇ ਇਸ ਮੋਡਿਊਲ 'ਚ ਕੰਸਾਈਨਮੈਂਟ ਆਈ ਆ ਉਹ ਵੈਪਨਸ ਦਿੱਲੀ ਤੋਂ ਆਏ ਨੇ, ਇਹ ਅਸੀਂ ਕ੍ਰਾਈਮ ਬ੍ਰਾਂਚ ਦਿੱਲੀ ਨਾਲ ਵੀ ਟੱਚ ਆ, ਉੱਥੇ IPS ਨੇ ਮਿਸਟਰ ਅਮਿਤ ਗੋਇਲ DCP ਨੇ ਜਿਹੜੇ ਉਹਨਾਂ ਨਾਲ ਆਈ ਐਮ ਇਨ ਟੱਚ ਵਿਦ ਦੈਮ, ਉਹਨਾਂ ਨੇ ਵੀ ਇਹਦੇ 'ਚ ਸਾਨੂੰ ਫਰਦਰ ਦੱਸਿਆ ਵੀ ਵੈਪਨ ਜਿਹੜੇ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਲੀਡਸ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ, ਤਾਂ ਕਰਕੇ ਸਾਰਾ ਕੰਸਾਈਨਮੈਂਟ ਉੱਥੋਂ ਆਇਆ ਹੋਇਆ। ਸਰ, ਹੁਣ ਤੱਕ ਦੀ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਚੀਜ਼ਾਂ ਦਾ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਦਾ ਇਹਦਾ ਟਾਰਗੇਟ ਸੀ, ਅਗਲੀ ਵਾਰਦਾਤ ਤਾਂ ਕੋਈ ਦੇਣੀ ਸੀ? ਇਹਨਾਂ ਦੇ ਰਾਈਵਲ ਗੈਂਗਸਟਰ ਨੇ ਜੀ, ਜਿਵੇਂ ਇਹਨਾਂ ਦੀ ਰਾਈਵਲਰੀ ਚੱਲਦੀ ਹੈ ਲਾਰੈਂਸ ਗੈਂਗ ਦੀ ਦੂਸਰੇ ਨਾਲ, ਉਹ ਕੁਛ ਗੈਂਗਸਟਰ ਨੇ ਜਿਹੜੇ ਇਹਨਾਂ ਦੇ ਪਿੰਨ ਪੁਆਇੰਟ 'ਤੇ ਸੀਗੇ ਟਾਰਗੇਟ ਸੀ, ਅਤੇ ਕੁਛ ਐਕਸਟੋਰਸ਼ਨ ਵਾਲੇ ਬੰਦੇ ਸੀ ਜਿਨ੍ਹਾਂ ਨੂੰ ਇਹਨਾਂ ਉਹਨਾਂ ਨੇ ਟਾਰਗੇਟ, ਕਿਉਂਕਿ ਇੱਥੇ ਦੇ ਲੋਕਲ ਰਹਿਣ ਵਾਲੇ ਆ, ਉਹ ਅਸੀਂ ਸਾਰੇ ਵਰਕਆਊਟ ਕਰ ਲਏ ਆ ਅਤੇ ਵੀਲ ਅਲਰਟ ਦੈਮ ਅਕੋਰਡਿੰਗਲੀ। ਡਿਪਟੀ ਸਾਹਿਬ, ਕਿਉਂਕਿ ਡੇਰਾਬੱਸੀ ਦੇ ਵਿੱਚ ਪਹਿਲਾਂ ਵੀ ਜਿੱਦਾਂ ਹੁਣ ਇਮੀਗ੍ਰੇਸ਼ਨ, ਉਸ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਅਪੋਲੋ ਹੋਸਪਿਟਲ ਦੇ ਵਿੱਚ ਵੀ ਸੇਮ, ਪਰ ਦੇ ਵਿੱਚ ਨਾਬਾਲਿਗ ਜਿਹੜੇ ਅੰਡਰ ਏਜ ਨੇ ਉਹਨਾਂ ਦੀ ਇਨਵੋਲਵਮੈਂਟ ਕਾਫੀ ਰਹੀ ਹੈ, ਇਹ ਪੂਰਾ ਕਿਸ ਤਰ੍ਹਾਂ ਨੈਕਸੈਸ ਚੱਲ ਰਿਹਾ ਹੁਣ ਤੱਕ ਦੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੋਈ? ਇਹਦੇ 'ਚ ਵੀ ਜੀ ਜਿਵੇਂ ਨਿੱਕੂ ਰਾਣਾ ਬੀਇੰਗ ਪੁਰਾਣਾ ਜਿਵੇਂ ਪਹਿਲਾਂ ਸਾਡੇ ਰਡਾਰ 'ਚ ਆਇਆ ਹੋਇਆ ਸੀ, ਉਹਨੇ ਜਿਵੇਂ ਇਹਦੇ 'ਚ ਮਨਜੀਤ ਅਤੇ ਉਹਨਾਂ ਨੇ ਰਲ ਕੇ ਇੱਕ ਨਵੇਂ ਫੁੱਟ ਸੋਲਜਰ ਖੜ੍ਹੇ ਕਰਤੇ ਜਿਹੜੇ ਕਿ ਮਾਈਨਰ ਸੀ, ਤਾਂ ਅਕਸਰ ਇਹੀ ਦੇਖਿਆ ਜਾ ਰਿਹਾ। ਇਹ ਕ੍ਰਾਈਮ ਵੀ ਹੋਰ ਕ੍ਰਾਈਮਸ ਵੀ ਜਿਹੜੇ ਪੁਰਾਣੇ A ਕੈਟਾਗਰੀ B ਕੈਟਾਗਰਾਈਜ਼ ਗੈਂਗਸਟਰਸ ਨੇ
ਜਾਂ ਜਿਹੜੇ ਪਹਿਲਾਂ ਜੇਲ੍ਹਾਂ 'ਚ ਰਹੇ ਨੇ ਉਹ ਨਵੇਂ ਮੁੰਡਿਆਂ ਨੂੰ ਅੱਗੇ ਕਰਕੇ ਆਪ ਪਿੱਛੋਂ ਮੋਸਟਲੀ ਮਾਈਨਰਸ ਜਿਹੜਾ ਹੈਗੇ ਮਾਈਨਰਸ ਜਾਂ ਬੱਚੇ ਜਿਵੇਂ ਜੁਆਇਨ ਕਰਦੇ ਨੇ। ਬਟ ਅਸੀਂ ਪੂਰਾ ਇਹਨੂੰ ਜਿਹੜਾ ਜਿਵੇਂ ਇਹਨਾਂ ਦਾ ਪੂਰਾ ਸੀ ਪਹਿਲਾਂ 3 ਫੜੇ ਹੁਣ 2 ਅਸੀਂ ਹੋਰ ਵੀ ਇਹਦੇ 'ਚ ਰੈਸਟ ਕਰਾਂਗੇ। ਵੀਲ ਟਰਾਈ ਟੂ ਬ੍ਰੇਕ ਦੀ ਫੁੱਲ ਨੈਕਸਸ ਯਾਨੀ ਕਿ ਹੋਰ ਵੀ ਨਿਕਲ ਸਕਦੇ ਇਹਦੇ 'ਚ ਖੁਲਾਸੇ ਹੋ ਜੀ 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 ਹਾਂ ਡੈਫੀਨੇਟਲੀ ਹੋਣਗੇ। ਐਜ਼ ਮੈਂ ਤੁਹਾਨੂੰ ਦੱਸਿਆ ਵੀ ਆਰ ਇਨ ਟੱਚ ਵਿਦ ਦਿੱਲੀ, ਉਹਨਾਂ ਨੇ ਵੀ ਕੁਝ ਅਰੈਸਟ ਕੀਤੇ ਨੇ ਬੰਦੇ ਐਂਡ ਵੀ ਆਰ ਵਰਕਿੰਗ ਔਨ ਦੋਜ਼ ਲੀਡਸ ਤੇ ਅਸੀਂ ਆਪਦਾ ਇਨਪੁਟ ਤੇ ਉਹਨਾਂ ਨੇ ਆਪਦਾ ਅਸੀਂ ਸਾਰਾ ਸ਼ੇਅਰ ਕੀਤਾ ਐਂਡ ਸੂਨ ਵੀ ਵਿਲ ਅਰੈਸਟ। ਬਿਲਕੁਲ ਜਿੱਦਾਂ ਸਾਹਮਣੇ ਦੱਸਿਆ ਕਿ ਇਹਨਾਂ ਕੋਲੋਂ ਇਲੀਗਲ ਵੈਪਨ ਜਿਹੜਾ ਹੈ ਰਿਕਵਰ ਕੀਤਾ ਗਿਆ ਹੈ, 32 ਬੋਰ ਦਾ ਤੇ 3 ਜਿੰਦਾ ਜਿਹੜੇ ਰੋਂਦ ਨੇ ਉਹ ਕਾਬੂ, 5 ਜਿਹੜੇ ਜਿੰਦਾ ਰੋਂਦ, 332 ਬੋਰ ਦਾ ਪਿਸਟਲ, ਮਹਿੰਦਰਾ ਬਲੈਰੋ ਵੀ ਜਿਹੜੇ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਹੈ, ਨਿੱਕੂ ਰਾਣਾ ਤੇ ਗੁਰਕੀਰਤ ਸਿੰਘ ਬੇਦੀ ਇਹ ਦੋਵੇਂ। ਹਾਲਾਂਕਿ ਦੱਸਿਆ ਜਾ ਰਿਹਾ ਕਿ ਇਹ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਟੱਚ ਸੀਗੇ ਔਰ ਇਹ ਵੈਪਨ ਜਿਹੜੇ ਹੈ ਉਹ ਮੁਹੱਈਆ ਕਰਾਉਂਦੇ ਸੀਗੇ, ਕਿਸੇ ਵੀ ਤਰ੍ਹਾਂ ਦੀ ਕੋਈ ਫਰੌਤੀ ਲੈਣੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਥ੍ਰੈਟ ਦੇਣੀ ਹੋਵੇ ਜਾਂ ਕੋਈ ਰਾਈਵਲ ਗੈਂਗ ਜਿਹੜੀ ਹੈਗੀ ਹੈ ਉਹਨਾਂ ਨੂੰ ਟਾਰਗੇਟ ਕਰਨਾ ਹੋ ਸੀਗਾ। ਇੱਕ ਵੱਡੀ ਕਹਿ ਸਕਦੇ ਕਿ ਨੈਕਸਸ ਚੱਲ ਰਿਹਾ ਸੀਗਾ ਜਿਹਦਾ ਖੁਲਾਸਾ ਹੁਣ ਕੀਤਾ, ਹੋਰ ਵੀ ਇਹਦੇ ਵਿੱਚ ਇਨਵੋਲਵਮੈਂਟ ਹੋ ਸਕਦੀ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਆਇੰਟ ਟੂ ਪੁਆਇੰਟ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਡੇਰਾਬਸੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।